जे लोगों ने महंगे भावों से चलो जो जो मर्जी होया भी अपन जीरिया लाइया फिर उन्होंने पालन पोषण किया हूँ जो रेह खाता पूरिया अं कर चुके हैं तो आ कुदरत की करोपी तेजे सामने है कि साड़ी सारी जी फसल है सैकड़े एकड़ फसल पानी के डुब के जी तबाह हो चुकी है। इन्नी भी गुंजाइश नहीं हैगी भी वह आपके जी फसल पालन योग्य भी आड़तिया तो ब्याजा से पैसे चक के वो करते हैं। एक तो पानी का कोई हल हो हर साल इतने जी ये फसल है 200-300 किले का नुकसान होंगे हर रोज़ ही सुनते हैं आप अखबारों के सोशल मीडिया के उत्ते भी 5 से 7 किसान हर रोज़ खुदकुशियां कर रहे हैं आर्थिक तंगी के कारण। आए साल साढ़े नाल ये दुर्दशा होंगी है तो पानी सानू परले पास्यों नीरगे दा के मार दिंदा जी ना साडे कोल प्रशासन ना कोई सरकार का नुमाइंदा कोई नहीं आता जी साढ़े कोल जी आई 2-2.5 एकड़ वाले वाहन साढ़े कोल जी आही डुब जाते हैं ना जी साडा सरकार कोई हल करती है ना जी कोई पानी का विकास हुंदा जी कई बार सानू आ दिक्कत का सामना करना पैंदा जी तां करके सरकार नूं असीं आही मंग करदे हां कि साडा आ पानी का हल कराया जाए। ਤੁਹਾਡੀ ਸਕਰੀਨ ਤੇ ਆ ਰਹੀਆਂ ਇਹ ਤਸਵੀਰਾਂ ਕਿਸੇ ਝੀਲ ਜਾਂ ਸਮੁੰਦਰ ਦੀਆਂ ਨਹੀਂ ਇਹ ਕਿਸਾਨਾਂ ਦੇ ਖੇਤਾਂ ਦੀਆਂ ਨੇ ਜਿੱਥੇ ਕਈ-ਕਈ ਫੁੱਟ ਪਾਣੀ ਭਰ ਗਿਆ ਪਾਣੀ ਦੇ ਹੇਠ ਕਿਸਾਨਾਂ ਦੀ ਧਨ ਦੌਲਤ ਤੇ ਪੂੰਜੀ ਹੈ ਯਾਨੀ ਕਿ ਪੁੱਤਾਂ ਵਾਂਗ ਪਾਲੀ ਹੋਈ ਫਸਲ। ਇਹ ਤਸਵੀਰਾਂ ਜ਼ਿਲ੍ਹਾ ਮਾਨਸਾ ਦੀਆਂ ਨੇ ਜਿਸ ਦੇ ਵਿੱਚ ਤੁਸੀਂ ਵੇਖ ਰਹੇ ਹੋ ਕਿ ਮੀਂਹ ਦੇ ਪਾਣੀ ਦੇ ਨਾਲ ਕਿਸਾਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਗਈ ਹੈ। ਇਸ ਬਾਰੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਇਸ ਪਾਣੀ ਦਾ ਜਲਦ ਤੋਂ ਜਲਦ ਹੱਲ ਕਰੇ। ਜਿਹੜਾ ਕਿਸਾਨ ਹੈ ਅੱਜ ਕੱਲ੍ਹ ਬਹੁਤ ਹੀ ਮੰਦੀ ਦੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ ਹਰ ਰੋਜ਼ ਹੀ ਸੁਣਦੇ ਹਾਂ ਆਪਾਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ 5 ਤੋਂ 7 ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਆਰਥਿਕ ਤੰਗੀ ਦੇ ਕਾਰਨ। ਪਿੱਛੇ ਜੋ ਮਹਾਮਾਰੀ ਚੱਲੀ ਕਰੋਨਾ ਉਹਦਾ ਕਹਿਰ ਵੀ ਕਿਸਾਨਾਂ ਨੇ ਬਹੁਤ ਵੱਡੀ ਪੱਧਰ ਤੇ ਝੱਲਿਆ ਜੋ ਕਿ ਲੇਬਰ ਦੀ ਸਾਨੂੰ ਬਹੁਤ ਹੀ ਵੱਡੀ ਦਿੱਕਤ ਆਈ। ਜੇ ਲੋਕਾਂ ਨੇ ਮਹਿੰਗੇ ਭਾਵਾਂ ਤੇ ਚਲੋ ਜੋ ਮਰਜ਼ੀ ਹੋਇਆ ਵੀ ਆਪਣੀਆਂ ਜੀਰੀਆਂ ਲਾਈਆਂ ਫਿਰ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਹੁਣ ਜਦੋਂ ਰੇਹਾਂ ਖਾਦਾਂ ਪੂਰੀਆਂ ਅਸੀਂ ਕਰ ਚੁੱਕੇ ਹਾਂ ਤਾਂ ਆ ਕੁਦਰਤ ਦੀ ਕਰੋਪੀ ਆ ਤੁਹਾਡੇ ਸਾਹਮਣੇ ਹੈ ਵੀ ਸਾਡੀ ਸਾਰੀ ਜਿਹੜੀ ਫਸਲ ਹੈ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਕੇ ਜਿਹੜੀ ਤਬਾਹ ਹੋ ਚੁੱਕੀ ਹੈ ਹੁਣ ਸਾਡਾ ਕੋਈ ਵੀ ਪਾਸਾ ਨਹੀਂ ਹੈਗਾ। ਮੰਗ ਤਾਂ ਇਹੀ ਕਰਦੇ ਹਾਂ ਸਰਕਾਰ ਤੋਂ ਵੀ ਇੱਕ ਤਾਂ ਇਹਦਾ ਸਥਾਈ ਹੱਲ ਕੀਤਾ ਜਾਵੇ ਕੋਈ ਡੂੰਘੇ ਬੋਰ ਬਾਰ ਕਰਵਾਏ ਜਾਣ ਹੁਣ ਕਿਸਾਨਾਂ ਕੋਲ ਤਾਂ ਆਪਦੀ ਇੰਨੀ ਵੀ ਗੁੰਜਾਇਸ਼ ਨਹੀਂ ਹੈਗੀ ਵੀ ਉਹ ਆਪਦੇ ਜਿਹੜੀ ਫਸਲ ਪਾਲਣ ਯੋਗਰਾ ਵੀ ਆੜਤੀਆਂ ਤੋਂ ਵਿਆਜਾਂ ਤੇ ਪੈਸੇ ਚੱਕ ਕੇ ਉਹ ਕਰਦੇ ਨੇ। ਇੱਕ ਤਾਂ ਪਾਣੀ ਦਾ ਕੋਈ ਹੱਲ ਹੋਵੇ ਹਰ ਸਾਲ ਇੱਥੇ ਜਿਹੜੀ ਇਹ ਫਸਲ ਹੈ 200-300 ਕਿੱਲੇ ਦਾ ਨੁਕਸਾਨ ਹੁੰਦਾ ਜੀ। ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਪਾਣੀ ਦਾ ਕੋਈ ਸਾਡਾ ਜਿਹੜਾ ਹੱਲ ਕੀਤਾ ਜਾਵੇ। ਪਹਿਲਾਂ ਤਾਂ ਕਰੋਨਾ ਨੇ ਸਾਨੂੰ ਮਾਰਤਾ ਜੀ ਹੁਣ ਇਹ ਆਏ ਸਾਲ ਸਾਡੇ ਨਾਲ ਇਹ ਦੁਰਦਸ਼ਾ ਹੁੰਦੀ ਹੈ ਅਤੇ ਪਾਣੀ ਸਾਨੂੰ ਪਰਲੇ ਪਾਸਿਓਂ ਏਰੀਏ ਦਾ ਆ ਕੇ ਮਾਰ ਦਿੰਦਾ ਜੀ ਨਾ ਸਾਡੇ ਕੋਲ ਪ੍ਰਸ਼ਾਸਨ ਨਾ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਆਉਂਦਾ ਜੀ ਸਾਨੂੰ ਆਏ ਵਾਰੀ ਪਾਣੀ ਇਹ ਫਸਲਾਂ ਬਰਬਾਦ ਕਰਦਾ ਹਰਾ ਚਾਰਾ ਝੋਨਾ ਇੱਕ ਐਤਕੀ ਲੇਬਰ ਨਹੀਂ ਮਿਲੀ ਜੀ ਪਹਿਲਾਂ ਲੇਟ ਹੋ ਗਏ ਜੀ ਹੁਣ ਰਹਿੰਦਾ ਖੁੰਦਾ ਜੀ ਇਹਨੇ ਬਰਸਾਤ ਨੇ ਮਾਰਤਾ ਜੀ ਦਿਨੋਂ ਦਿਨ ਕਰਜਾਈ ਹੋਈ ਜਾਂਦੇ ਜੀ ਅਤੇ ਇਹਦਾ ਪਾਣੀ ਦਾ ਨਿਕਾਸ ਕੋਈ ਹੱਲ ਨਹੀਂ ਜੀ ਸਰਕਾਰ ਨੂੰ ਇਹੀ ਕਹਿੰਦੇ ਹਾਂ ਜੀ ਵੀ ਸਾਡੇ ਇਹ ਪਾਣੀ ਦਾ ਨਿਕਾਸ ਕੀਤਾ ਜਾਵੇ ਜਾਂ ਕੈਪਟੀਆਂ ਲਾਈਆਂ ਜਾਣ ਅਤੇ ਜਾਂ ਵੀ ਇੱਥੇ ਕੋਈ ਇੱਧਰੋਂ ਕੋਈ ਉਹ ਹੋਰ ਸਹਾਇਤਾ ਦਿੱਤੀ ਜਾਵੇ। ਕਿਸਾਨ ਤਾਂ ਹਰ ਵਾਰ ਮਾਰ ਪੈਂਦੀ ਹੈ ਜੀ ਸਾਡੇ ਆਹ ਦੇਖ ਲਓ ਜੀ ਹਰ ਵਾਰ ਪਾਣੀ ਦੀ ਮਾਰ ਐਤੀ ਝੋਨੇ ਵੇਲੇ ਕਰੋਨਾ ਦਾ ਕਰਕੇ ਜੀ ਲੇਬਰ ਦੀ ਦਿੱਕਤ ਆਈ ਤਾਂ ਕਰਕੇ ਝੋਨਾ ਲੇਟ ਹੋ ਗਿਆ ਸਾਡਾ ਲਾਉਣ ਦੇ ਵਿੱਚ ਅਤੇ ਸਾਡੇ ਕੋਲ ਜੀ ਆਹੀ 2-2.5 ਏਕੜ ਵਾਲੇ ਵਾਹਣ ਸਾਡੇ ਕੋਲ ਜੀ ਆਹੀ ਡੁੱਬ ਜਾਂਦੇ ਆ ਨਾ ਜੀ ਸਾਡਾ ਸਰਕਾਰ ਕੋਈ ਹੱਲ ਕਰਦੀ ਆ ਨਾ ਜੀ ਕੋਈ ਪਾਣੀ ਦਾ ਵਿਕਾਸ ਹੁੰਦਾ ਜੀ ਕਈ ਵਾਰੀ ਸਾਨੂੰ ਆਹ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਜੀ ਤਾਂ ਕਰਕੇ ਸਰਕਾਰ ਨੂੰ ਅਸੀਂ ਆਹੀ ਮੰਗ ਕਰਦੇ ਹਾਂ ਵੀ ਸਾਡਾ ਆ ਪਾਣੀ ਦਾ ਹੱਲ ਕਰਿਆ ਜਾਵੇ ਅਤੇ ਜੀ ਇਹਦਾ ਕੋਈ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਦਾ ਕਿਸਾਨ ਦਿਨੋ ਦਿਨ ਕਰਜ਼ਾਈ ਹੋ ਰਿਹਾ ਉੱਥੇ ਹੀ ਸਰਕਾਰ ਵੱਲੋਂ ਇਹਨਾਂ ਨੂੰ ਸਿਰਫ ਵਾਅਦਿਆਂ ਤੋਂ ਬਿਨਾਂ ਹੋਰ ਕੁਝ ਨਹੀਂ ਦਿੱਤਾ ਜਾ ਰਿਹਾ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੇ ਇਸ ਮੁੱਦੇ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਮਾਨਸਾ ਤੋਂ ਸੰਜੀਵ ਲੱਖੀ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।